ਪਹਾੜਾਂ ਦੇ ਵਿੱਚ ਸੁਸ਼ੋਭਿਤ ਗੁਰਦੁਆਰਾ ਗੁਰੂ ਕੇ ਲਾਹੌਰ ਦੇ ਬਿਲਕੁਲ ਹੀ ਨਾਲ ਸੁਸ਼ੋਭਿਤ ਹੈ ਗੁਰਦੁਆਰਾ ਪੌੜ ਸਾਹਿਬ। ਆਖਿਆ ਜਾਂਦਾ ਹੈ ਕਿ 10ਵੇਂ ਪਾਤਸ਼ਾਹ ਜੀ ਦਾ ਘੋੜਾ ਜਦੋਂ ਇਸ ਥਾਂ ਤੇ ਰੁਕਿਆ ਸੀ ਤਾਂ ਉਸਨੇ ਪੌੜ ਮਾਰਿਆ ਸੀ, ਜਿਸ ਦੇ ਪੌੜ ਦੇ ਨਾਲ ਹੀ ਇੱਥੇ ਜਲ ਧਾਰਾ ਜਿਹੜੀ ਹੈ ਉਹ ਆਪਣੇ ਆਪ ਹੀ ਨਿਕਲੀ ਸੀ। ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਅੱਜ ਵੀ ਇੱਥੇ ਉਸੇ ਤਰੀਕੇ ਨਾਲ ਉਸ ਜਗ੍ਹਾ ਤੇ ਹੀ ਜਲ ਜਿਹੜਾ ਉਹ ਆਪਣੇ ਆਪ ਹੀ ਉੱਥੇ ਰਹਿੰਦਾ। ਤੁਸੀਂ ਇਸ ਵੇਲੇ ਵੀ ਵੇਖ ਸਕਦੇ ਹੋ ਕਿ ਸੰਗਤ ਜਿਹੜੀ ਇੱਥੇ ਆਉਂਦੀ ਹੈ ਉਹ ਇੱਥੋਂ ਧਰਤੀ ਦੇ ਵਿੱਚੋਂ ਨਿਕਲ ਰਹੇ ਆਪਣੇ ਆਪ ਹੀ ਜਲ ਨੂੰ ਜਿਹੜੀ ਹੈ ਉਹ ਇਸ ਤਰ੍ਹਾਂ ਨਾਲ ਉਸਨੂੰ ਗ੍ਰਹਿਣ ਕਰਦੀ ਹੈ, ਲੈਂਦੀ ਹੈ। ਬੜਾ ਪਵਿੱਤਰ ਜਲ ਮੰਨਿਆ ਜਾਂਦਾ ਕਿਉਂਕਿ ਗੁਰੂ ਦੇ ਘੋੜੇ ਦੇ ਪੋੜ ਦੇ ਨਾਲ ਹੀ ਇੱਥੇ ਜਲ ਧਾਰਾ ਜਿਹੜੀ ਹੈ ਉਹ ਜ਼ਮੀਨ 'ਚੋਂ ਪ੍ਰਗਟ ਹੋਈ ਸੀ ਅਤੇ ਪ੍ਰਬੰਧਕਾਂ ਦੇ ਕਹਿਣ ਅਨੁਸਾਰ ਇੱਥੇ ਅੱਜ ਤੱਕ ਵੀ ਕਦੇ ਵੀ ਕਿਸੇ ਵੀ ਤਰੀਕੇ ਨਾਲ ਪਾਣੀ ਉੱਤੋਂ ਭਰਨ ਦੀ ਲੋੜ ਨਹੀਂ ਪਈ, ਬਲਕਿ ਖੁਦ ਹੀ ਜ਼ਮੀਨ ਦੇ ਵਿੱਚੋਂ ਹੀ ਜਲ ਜਿਹੜਾ ਉਹ ਆਪਣੇ ਆਪ ਹੀ ਇੱਥੇ ਰਹਿੰਦਾ। ਔਰ ਕਈ ਵਾਰੀ ਤਾਂ ਅਜਿਹਾ ਹੁੰਦਾ ਕਿ ਜਲ ਜਿਹੜਾ ਉਹ ਇੰਨਾ ਕੁ ਭਰ ਜਾਂਦਾ ਕਿ ਜਿਹੜਾ ਆਪਣੇ ਆਪ ਹੀ ਇੱਥੋਂ ਆਪਣਾ ਰਾਹ ਕੱਢਦਾ ਹੋਇਆ ਖੇਤਾਂ ਵੱਲ ਨੂੰ ਵੀ ਚੱਲ ਪੈਂਦਾ। ਉਦੋਂ ਤੋਂ ਹੀ ਸੰਗਤ ਇੱਥੇ ਦੂਰ ਦੁਰਾਡੇ ਤੋਂ ਜਿਹੜੀ ਸੰਗਤ ਇੱਥੇ ਆਉਂਦੀ ਹੈ ਉਹ ਹਰ ਵੇਲੇ ਇੱਥੇ ਵੀ ਸੀਸ ਨਿਵਾਉਂਦੀ ਹੈ, ਨਤਮਸਤਕ ਹੁੰਦੀ ਹੈ ਅਤੇ ਇਸ ਪਵਿੱਤਰ ਜਲ ਨੂੰ ਵੀ ਗ੍ਰਹਿਣ ਕਰਦੀ ਹੈ। ਪ੍ਰਬੰਧਕਾਂ ਦੇ ਕਹਿਣ ਅਨੁਸਾਰ ਇੱਥੇ ਕਈ ਵਾਰੀ ਜਲ ਇੰਨਾ ਕੁ ਪ੍ਰਗਟ ਹੋ ਜਾਂਦਾ, ਇੰਨਾ ਕੁ ਜ਼ਮੀਨ ਦੇ ਵਿੱਚੋਂ ਨਿਕਲ ਆਉਂਦਾ ਕਿ ਉਹ ਜਲ ਜਿਹੜਾ ਉਹ ਇਸ ਖੂਹੀ ਤੋਂ ਵੀ ਬਾਹਰ ਆ ਕੇ ਆਪਣਾ ਰਾਹ ਖੁਦ ਹੀ ਕੱਢਦਾ ਹੋਇਆ ਖੇਤਾਂ ਵੱਲ ਨੂੰ ਵੀ ਚੱਲ ਪੈਂਦਾ। ਗੁਰੂ ਸਾਹਿਬ ਦੀ ਬਖਸ਼ਿਸ਼ ਮੰਨੀ ਜਾਂਦੀ ਹੈ ਅਤੇ ਸੰਗਤਾਂ ਇਸੇ ਤਰ੍ਹਾਂ ਇੱਥੇ ਲਗਾਤਾਰ ਆਉਂਦੀ ਹੈ, ਨਤਮਸਤਕ ਹੁੰਦੀ ਹੈ ਅਤੇ ਇਸ ਪਵਿੱਤਰ ਜਲ ਨੂੰ ਗ੍ਰਹਿਣ ਵੀ ਕਰਦੀ ਹੈ। ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਰੂਚੀ, ਗੁਰਦੁਆਰਾ ਪੌੜ ਸਾਹਿਬ, ਬਿਲਾਸਪੁਰ।